ਘਰ ਨਿਆਣਾ ਜੰਮਦਾ ਲੋਕੀ ਪੁੱਛਣ ਆਉਂਦੇ ਮੁੰਡਾ ਆ ਕੁੜੀ ਹੋਈ ਹੈ। ਮੇਰੇ ਘਰ ਪੁੱਛਣ ਆਏ ਮੇਰੀ ਮਾਂ ਨੂੰ ਮੇਰਾ ਪਾਪਾ ਕਹਿੰਦਾ ਪਤਾ ਨਹੀਂ ਹਜੇ ਤੇ ਅਨਾਉਂਸਮੈਂਟ ਹੀ ਹੋਈ ਹੈ। ਸਾਡੇ ਵਿੱਚ ਵਿਰਾਜਮਾਨ ਨੇ ਪੰਜਾਬ ਦੀ ਸਭ ਤੋਂ ਵੱਡੀ ਸਿੰਗਰ ਕੈਂਟ ਜੱਟੀ ਸਾਡੀ ਜੈਨੀ ਜੋ ਇੱਕ ਘਰ ਦੇ ਵਿੱਚ ਦੋ ਜਣੇ ਰਹਿੰਦੇ ਆ। ਅੱਛਾ। ਇੱਕ ਦਾ ਨਾਂ ਹੈ ਆਈ ਮਿਸ ਯੂ, ਦੂਜੇ ਦਾ ਨਾਂ ਹੈ ਆਈ ਲਵ ਯੂ। ਆਈ ਮਿਸ ਯੂ ਘਰ ਛੱਡ ਕੇ ਚਲਾ ਗਿਆ, ਪਿੱਛੇ ਕੌਣ ਰਹਿ ਗਿਆ? ਕੀ ਗੱਲ, ਤੁਹਾਡੇ ਪੈਡ ਨੇ ਪੈਗ ਲਾ, ਬੜੀ ਬੁਰਾ ਨਿਕਲੀ। ਸੋ ਐਵਰੀਬਾਡੀ, ਨੋ ਬੋਡੀ, ਐਨੀ ਬੋਡੀ, ਮਾਈ ਸੈਲਫ ਬਿੱਟੂ ਅਨਾਊਂਸਰ। ਤੇ ਹੁਣੇ ਹੁਣੇ ਮੇਰੇ ਨਾਲ ਗੱਲ ਕਰ ਲਓ, ਕਿਉਂਕਿ ਬਾਅਦ ਚ ਮੈਂ ਰੱਖ ਲੈਣੇ ਬਾਊਂਸਰ। ਅਨਾਊਂਸਮੈਂਟ ਮੇਰੀ ਰਗ ਰਗ ਚ ਵਸੀ ਹੋਈ। ਲੋਕਾਂ ਦੇ ਘਰ ਨਿਆਣਾ ਜੰਮਦਾ, ਲੋਕੀ ਪੁੱਛਣ ਆਉਂਦੇ ਮੁੰਡਾ ਆ ਕੁੜੀ ਹੋਈ ਹੈ। ਮੇਰੇ ਘਰ ਪੁੱਛਣ ਆਏ ਮੇਰੀ ਮਾਂ ਨੂੰ ਮੇਰਾ ਪਾਪਾ ਕਹਿੰਦਾ ਪਤਾ ਨਹੀਂ ਹਜੇ ਤੇ ਅਨਾਊਂਸਮੈਂਟ ਹੀ ਹੋਈ ਹੈ। ਇਸ ਅਨਾਊਂਸਮੈਂਟ ਦੇ ਕਰਕੇ ਮੈਨੂੰ ਕਈ ਵਾਰੀ ਨੁਕਸਾਨ ਵੀ ਹੋਇਆ। ਅਜੇ ਸਵੇਰੇ ਸਵੇਰੇ ਮੈਂ ਆਪਣੀ ਵਹੁਟੀ ਕੋਲੋਂ ਚਪੇੜਾ ਖਾ ਕੇ ਆਉਣ ਦਿਆਂ, ਪਤਾ ਨਹੀਂ ਕਿ ਸਵੇਰੇ ਸਵੇਰੇ ਉੱਠ ਕੇ ਮੈਨੂੰ ਕਹਿੰਦੀ ਮੈਂ ਮੋਟੀ ਹੋ ਗਈ, ਮੈਂ ਮੋਟੀ ਹੋ ਗਈ, ਮੈਂ ਮੋਟੀ ਹੋ ਗਈ। ਮੈਂ ਬੜੀ ਯੋਗਾ ਕਰਦੀ ਤਾਂ ਵੀ ਮੋਟੀ ਹੋ ਗਈ। ਮੈਂ ਉਹਨੂੰ ਬੜਾ ਸਮਝਾਇਆ, ਦੇਖ ਯੋਗਾ ਨਾ ਕਰਿਆ ਕਰ, ਨਹੀਂ ਤਾਂ ਕਿਸੇ ਯੋਗੀ ਨਹੀਂ ਰਹੇਗੀ। ਨਹੀਂ ਮੰਨੀ, ਕਹਿੰਦੀ ਨਹੀਂ ਮੈਂ ਕਰਦੀ ਹਾਂ, ਯੋਗਾ ਵੀ ਕਰਦੀ ਹਾਂ। ਕਹਿੰਦੀ ਮੈਂ ਨਿੰਬੂ ਪਾਣੀ ਪੀਂਦੀ ਹਾਂ, ਮੈਂ ਪਤਲੀ ਕੀ ਹੋਣਾ, ਮੇਰੇ ਤੇ ਮੂੰਹ ਤੇ ਕਿਲ ਸ਼ਾਹੀਆਂ ਹੋ ਗਈਆਂ। ਕੁਛ ਕਰੋ, ਕੁਛ ਕਰੋ। ਬਸ ਫਿਰ ਕੀ ਸੀ, ਮੈਂ ਮਾਈਕ ਫੜ ਕੇ ਮਹੱਲੇ 'ਚ ਅਨਾਊਂਸਮੈਂਟ ਕਰਤੀ। ਕਾਲਜ ਦੇ ਵਿੱਚ ਵੀ ਮੈਨੂੰ ਨੁਕਸਾਨ ਹੁੰਦਾ ਸੀ। ਕੋਈ ਵੀ ਕੁੜੀ ਮੇਰੀ ਗਰਲਫ੍ਰੈਂਡ ਨਹੀਂ ਸੀ ਬਣਦੀ, ਕਿਉਂਕਿ ਜਿਹੜੀ ਵੀ ਕੁੜੀ ਮੈਨੂੰ ਆ ਕਹਿੰਦੀ ਸੀ ਨਾ ਬਿੱਟੂ ਅਨਾਊਂਸਰ ਆਈ ਲਵ ਯੂ ਸੋ ਮੱਚ, ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦੀ, ਮੈਂ ਤੇਰੇ ਬਿਨਾਂ ਕਲਾਸ ਵੀ ਮਿਸ ਕਰ ਦੂੰਗੀ, ਮੈਂ ਉਹਦੀ ਸਾਰੀ ਗੱਲ ਪ੍ਰਿੰਸੀਪਲ ਦੇ ਦਫ਼ਤਰ ਅੱਗੇ ਜਾ ਕੇ ਅਨਾਊਂਸ ਕਰ ਦਿੰਦਾ। ਬਟ ਆਈ ਡੋਂਟ ਕੇਅਰ, ਕਿਉਂਕਿ ਅਨਾਊਂਸਮੈਂਟ ਮੇਰੇ ਰੱਗ ਰੱਗ 'ਚ, ਭਾਵੇਂ ਮੈਨੂੰ ਜਿੰਨੀਆਂ ਮਰਜ਼ੀ ਚਪੇੜਾਂ ਪੈਂਦੀਆਂ ਰਹਿਣ। ਇਸ ਕਰਕੇ ਮੈਂ ਸੋਚਿਆ ਕੋਈ ਸਕੀਮ ਲਾਵਾਂ, ਵੱਡੇ ਵੱਡੇ ਕਲਾਕਾਰਾਂ ਨਾਲ ਲਿੰਕ ਬਣਨ। ਇਸ ਕਰਕੇ ਮੈਂ ਸ਼ੋਅ 'ਚ ਆ ਗਿਆ। ਮੈਂ ਇਹਨਾਂ ਨੂੰ ਕਿਹਾ ਮੇਰਾ ਸ਼ੋਅ ਸ਼ੁਰੂ ਕਰੋ, ਵੱਡੇ ਵੱਡੇ ਕਲਾਕਾਰ ਆਉਣਗੇ। ਹੁਣ ਇਹਨਾਂ ਨੇ ਪ੍ਰੋਡਿਊਸਰਾਂ ਨੇ ਕਰਤਾ, ਉਹਨਾਂ ਨੇ ਦੱਸਿਆ ਸਾਰੇ ਕਲਾਕਾਰ ਮੰਨ ਗਏ। ਜਦੋਂ ਇਹਨਾਂ ਮੇਰਾ ਨਾਂ ਲਿਆ ਸਾਰਿਆਂ ਨੇ ਮਨਾ ਕਰਤਾ। ਮੈਂ ਕਿਹਾ ਤੁਸੀਂ ਫਿਕਰ ਨਾ ਕਰੋ, ਬਿੱਟੂ ਅਨਾਊਂਸਰ ਜਿੰਦਾ। ਫਿਰ ਮੈਂ ਸਕੀਮ ਲਾਈ ਹੈ ਕਲਾਕਾਰ ਕਿੱਦਾਂ ਬੁਲਾਉਣੇ ਆ। ਆ ਹੁਣ ਵੀ ਮੈਂ ਬਾਹਰ ਇੱਕ ਬੜੀ ਸੋਹਣੀ ਕੁੜੀ ਖਲੋਤੀ ਸੀ, ਆਰਟਿਸਟ ਬਹੁਤ ਵੱਡੀ, ਮੈਂ ਉਹਦਾ ਪਰਸ ਖੋ ਕੇ ਆ ਗਿਆ। ਵੇਖੋ ਕਿੱਦਾਂ ਭੱਜੀ ਭੱਜੀ ਆਉਂਦੀ ਇੱਥੇ। ਓਏ ਬੇਸ਼ਰਮਾ, ਤੈਨੂੰ ਸ਼ਰਮ ਨਹੀਂ ਆਉਂਦੀ ਮੇਰਾ ਪਰਸ ਚੋਰੀ ਕਰਕੇ ਭੱਜ ਗਿਆ ਤੂੰ? ਮੂੰਹ ਨਾਲ ਕਹੋ, ਮੈਨੂੰ ਪਤਾ ਹੈ ਕਿ ਤੂੰ ਮੇਰਾ ਪਰਸ ਚੋਰੀ ਕੀਤਾ ਹੈ। ਮੇਰਾ ਪਰਸ ਤੇ ਕਿੱਥੇ ਆ? ਤੈਨੂੰ ਸ਼ਰਮ ਨਹੀਂ ਆਉਂਦੀ ਹੱਟਾ ਕੱਟਾ ਇੰਨਾ ਯਾਰ, ਤੂੰ ਫਿਰ ਵੀ ਚੋਰੀ ਕਰਦਾ ਆ। ਬੈਠੋ ਬੈਠੋ ਬੈਠੋ, ਕੈਮਰਾ ਔਨ ਰੱਖੋ, ਅਸੀਂ ਇੱਦਾਂ ਸ਼ੂਟਿੰਗ ਕਰ ਲੈਣੀ ਆਰਟਿਸਟ ਦੀ, ਦੱਸਿਓ ਨਾ ਕਿਸੇ ਨੂੰ, ਔਨ ਰੱਖਿਓ, ਦੇ ਦੇਣਾ ਹੀ ਦੇਣਾ ਹੀ ਨਹੀਂ। ਸੋ ਸਾਡੇ ਵਿੱਚ ਵਿਰਾਜਮਾਨ ਨੇ ਪੰਜਾਬ ਦੀ ਸਭ ਤੋਂ ਵੱਡੀ ਸਿੰਗਰ ਕੈਂਟ ਜੱਟੀ ਸਾਡੀ ਜੈਨੀ ਜੋ। ਤੂੰ ਮਸਕੇ ਨਾ ਮਾਰ ਬਹੁਤ, ਮੈਨੂੰ ਮੇਰਾ ਪਰਸ ਦੱਸ ਕਿੱਥੇ ਆ? ਮੈਂ ਦੱਸ ਦਿੰਦੇ ਹਾਂ, ਹੁਣ ਜੇ ਆ ਗਏ ਚਾਰ ਗੱਲਾਂ ਕਰ ਲਈਏ। ਆ ਵਾਲ ਕਿੱਥੋਂ ਰੰਗਾਏ ਇਹਨੇ, ਰੰਗ ਬਿਰੰਗੇ? ਨਹੀਂ ਰੰਗਾਏ ਨੀ, ਉਹ ਤੇ ਮੈਂ ਹੋਲੀ ਵਾਲੇ ਦਿਨ ਕੁੜੀ ਛੇੜਤੀ, ਫਿਰ ਉਹਨਾਂ ਨੇ ਰੰਗ ਚ ਭਿਉਂ ਭਿਉਂ ਕੁੱਟਿਆ ਮੈਨੂੰ। ਤੇਰੇ ਵਰਗਿਆਂ ਨਾਲ ਇੱਦਾਂ ਹੀ ਚਾਹੀਦਾ। ਕਮੀਜ਼ ਚਿੱਟੀ ਸੀਗੀ, ਉੱਥੇ ਰੰਗੀ ਗਈ ਇਹਦੀ। ਕਿੱਦਾਂ ਦਾ ਲੱਗਾ, ਅਸੀਂ ਵੱਖਰੇ ਸਟਾਈਲ ਚ ਬੁਲਾਇਆ ਤੁਹਾਨੂੰ, ਬਹੁਤ ਵਧੀਆ ਘੈਂਟ ਲੱਗਾ ਨਾ। ਪਹਿਲੀ ਵਾਰੀ ਦੇਖਿਆ ਹੋਣਾ, ਏਡੇ ਘੈਂਟ ਸਟਾਈਲ ਚ ਬੁਲਾਇਆ, ਪਰ ਸਹੀ ਵਾਪਸ ਦੇਣਾਗੇ, ਟੈਨਸ਼ਨ ਨਾ ਲਓ। ਵਾਸਤੇ ਮਾਈ ਸੈਲਫ ਬਿੱਟੂ ਅਨਾਊਂਸਰ, ਓਹੋ ਵੱਡੇ ਵੱਡੇ ਸੁਪਰ ਸਟਾਰ ਤੁਹਾਨੂੰ ਪਤਾ ਮੈਨੂੰ ਮਿਲਦੇ ਆ। ਨਾਮ ਹੀ ਬੜਾ ਅਜੀਬ ਆ ਯਾਰ ਤੇਰਾ ਤਾਂ, ਬਿੱਟੂ ਅਨਾਊਂਸਰ। ਉਹ ਸਾਡੇ ਉੱਥੇ ਇੱਕ ਬਿੱਟੂ ਚਾਟ ਵਾਲਾ ਆ, ਬਿੱਟੂ ਪਰਦੇਸੀ। ਮੇਰੇ ਕਜ਼ਨ ਹੀ ਹੈਗੇ ਸਾਰੇ ਬਿੱਟੂ। ਓਹੋ, ਮੈਂ ਯਾਰ ਜਿਹੜਾ ਇੰਨਾ ਡਿਵੈਲਪ ਹੋ ਕੇ ਅਨਾਊਂਸਰ ਬਣ ਗਿਆ, ਉਹ ਤਾਂ ਤੁਹਾਡੇ ਵਾਲਾ ਵੇਖ ਕੇ ਪਤਾ ਲੱਗਦਾ ਕਿੰਨੇ ਕੁ। ਮੈਂ ਤਾਂ ਲਾਚੀ ਦਾਣਾ ਵੇਚਦਾ ਹੁੰਦਾ ਗਲੀਆਂ 'ਚ।
जमा शक नहीं। गिप्पी गरेवाल सुपरस्टार, हां जी, खुद मेरे घर आके मेरे ना 2 घंटे बैठ के गल करके गया। ओ यार बड़ा बड़ा मारका मार ले, बहुत बड़ी अचीवमेंट। शर्याम किथे गिप्पी बैठा, इथे मैं हमरा 2 घंटे शर्याम अखा च अखा लाके गल्लां कीतीयां। यार तिर नहीं पाणियां से अखा च अखा, कोई कुड़ी नहीं मिली सोहणी जी ओनू, पता क्यों कीतीयां ने गल्लां? पता क्यों? हां जी, क्योंकि बाहर ओदी गड्डी खड़ी ना, मैं बट्टे नाल शीशे दे चिरी टमा रहा है। बिलकुल फिर पता की फिर जो मैं नहीं मनिया, जाते जाते 4 गाला कटिया मलवई दे, मैं मन गया, नाल मोदी वीडियो बना ली। बिट्टू अनाउंसर बारे तुहानू मैं छोटी जी एक गल दसूंगा। देखो जरा बिट्टू अनाउंसर ना, मैं लोकी हजारां लखां रुपये लैंदे लोकां कोलों, मैं किसी कोलों एक पैसा नहीं लैंदा, लखां हजारां ते एक पैसा ते लैंदा नहीं ना, ਵੱਧ ਤੋਂ ਵੱਧ 100-150 ਪਰਸੋਂ ਦੀ ਗੱਲ। ਫਿਰ ਮੂੰਹ ਵੇਖ ਕੇ ਦਿੰਦੇ ਹੋਣੇ ਨਾ ਸਾਰੇ। ਇਸ ਕਰਕੇ ਮੈਂ ਪਰਸੋਂ ਦੀ ਗੱਲ, ਜੇ ਕਿਸੇ ਕੋਲ 83 ਰੁਪਏ ਮੰਗੇ, ਉਹ ਕਹਿੰਦਾ ਨਹੀਂ ਯਾਰ ਮੇਰੇ ਕੋਲ 12। ਮੈਂ ਉਹਦੇ ਹੱਥ ਜੋੜੇ, ਮੈਂ ਕਿਹਾ ਭਰਾ ਰਹਿਣ ਦੇ, ਤੂੰ ਰਹਿਣ ਦੇ ਭਰਾ, 83 ਰੁਪਏ ਰਹਿਣ ਦੇ, 12 ਦੇ ਦੇ। ਇਹ ਤੇ ਹੋ ਗਈ ਬਿੱਟੂ ਅਨਾਊਂਸਰ ਦੀ ਪਰਿਭਾਸ਼ਾ। अच्छा हूँ जैनी जोल, ग्रेट सिंगर स्टार ऑफ पंजाब, अपने आप नूं जे प्रभाषित करना होवे ते तुसी किद्दां करोगे? आ इन्ना सोहणा तुसी तां करता प्रभाषित, मैनूं लोड़ ही नहीं करन दी। एक बारी तुहाडे मुंह में अपने आप नूं प्रभाषित करोगे, जैनी जोल की है? निबंध है। निबंध सिंगर आ, वधिया सिंगर आ, थोड़ा बहुत वधिया परफॉर्म भी कर लैंदी है, वधिया आ। देख भी लेंदी है थोड़ा। और बाकी तुसी बहुत प्रभाषा वधिया दिंदे आ। ओह माय गॉड, मैं ते अपने मुंह मियां मिठू नहीं बन सकदा, पर सच्ची तुसी बहुत वधिया। जैनी जी मैनूं एक गल दसो, कदों तुहाडे मन च पहली वारी आया सी कि तुसी मतलब गाना गाउणा? गाना गाउणा पहली वारी कदों आया? ओह जदों मैं छोटी सी, बिल्कुल एकदम ਮੇਰੇ ਖਿਆਲ ਨਾਲ 2.5-3 ਸਾਲ ਦੀ ਹੋਊਗੀ। 2.5-3 ਸਾਲ ਚ ਏਡੇ ਵੱਡੇ ਸੀ ਤੁਸੀਂ? ਮੈਂ ਬਹੁਤ ਲੰਬੀ ਸੀ ਸ਼ੁਰੂ ਤੋਂ, ਘੈਂਟ ਇਕਦਮ। ਤੇ ਕਿਹੜੀ ਘਟਨਾ ਹੋਈ? ਮੈਂ ਤੁਹਾਨੂੰ ਲੱਗਾ ਵੀ ਨਹੀਂ ਮੈਂ ਗਾ ਸਕਦੀ ਹਾਂ। ਪਤਾ ਨਹੀਂ, ਮੇਰੇ ਮੰਮਾ ਮੈਨੂੰ ਲੈ ਕੇ ਗਏ ਸੀ ਮੇਰੇ ਉਸਤਾਦ ਸਾਹਿਬ ਕੋਲ, ਉਹਨਾਂ ਨੇ ਮੈਨੂੰ ਦੇਖਿਆ ਕਿ ਮੈਂ ਛੋਟੀ ਹੁੰਦੀ ਸੀ ਜਦੋਂ ਆਪਣੇ ਵੀਰੇ ਦੇ ਬੁੱਕ ਨੂੰ ਹਾਰਮੋਨੀਅਮ ਬਣਾ ਕੇ ਗਾਉਂਦੀ ਹੁੰਦੀ ਸੀ, ਤੋਤਲੀ ਜੀ ਆਵਾਜ਼ 'ਚ। ਸੋ ਜਦੋਂ ਮੈਂ ਗੁਰਦੁਆਰੇ ਜਾਂਦੀ ਸੀ, ਜੋ ਸੁਣਦੀ ਸੀ ਉਹੀ ਆ ਕੇ ਉੱਤੇ ਗਾਉਂਦੀ ਹੁੰਦੀ ਸੀ ਤੋਤਲੀ ਆਵਾਜ਼ 'ਚ। ਮੰਮਾ ਨੇ ਸੋਚਿਆ ਫਿਰ ਇਹਨੂੰ ਲੈ ਜਾਂਦੇ ਆ ਉਸਤਾਦ ਸਾਹਿਬ ਕੋਲ, ਬੁੱਕ ਨੂੰ ਹਾਰਮੋਨੀਅਮ ਬਣਾ ਕੇ। ਹੋਰ ਕੀ, ਉਹ ਮੈਨੂੰ ਸ਼ੌਕ ਸੀ ਨਾ, ਜੋ ਮੈਂ ਦੇਖਦੀ ਸੀ ਉਦਾਂ ਹੀ ਉਹ ਫੜ ਕੇ ਉਹਨੂੰ ਬੁੱਕ ਨੂੰ ਉਹਦਾ ਹਾਰਮੋਨੀਅਮ ਬਣਾ ਕੇ ਗਾਉਂਦੀ। ਦੇਖੋ ਕੁੜੀਓ, ਅੱਜ ਕੱਲ ਦੀ ਉਹ ਚੰਡੀਗੜ੍ਹ ਵਾਲੀਓ, ਦੇਖੋ ਆਹ ਹੁੰਦੀ ਕੁੜੀ ਬੁੱਕ ਨੂੰ ਹਾਰਮੋਨੀਅਮ ਬਣਾ ਕੇ। ਅੱਜ ਕੱਲ ਦੀਆਂ ਕੁੜੀਆਂ, ਅੱਜ ਕੱਲ ਦੀਆਂ ਕੁੜੀਆਂ ਦਾ ਤਾਂ ਫੇਸਬੁੱਕ 'ਚ ਹੀ ਰਹਿੰਦਾ। ਦੇਖੋ ਅੱਜ ਕੱਲ ਦੀਆਂ ਕੁੜੀਆਂ ਮਾਡਰਨ ਬਣੀਆਂ ਫਿਰਦੀਆਂ, ਜੇ ਕੁੜੀ ਬੁੱਕ ਦਾ ਹਾਰਮੋਨੀਅਮ ਬਣਾ ਕੇ ਪ੍ਰੈਕਟਿਸ ਕਰਦੀ ਹੁੰਦੀ ਸੀ, ਤੇ ਤੁਸੀਂ ਤੁਸੀਂ ਫੇਸਬੁੱਕ ਤੇ ਫੇਸ ਬਣਾ ਬਣਾ ਸੈਲਫੀ ਲੈਂਦੀਆਂ ਨੇ। ਜ਼ਮੀਨ ਨਾਲ ਜੁੜੇ ਰਹਿਣਾ ਚਾਹੀਦਾ ਬੰਦੇ ਨੂੰ, ਤੇ ਜਨਾਨੀ ਨੂੰ ਤਾਂ ਜ਼ਰੂਰ ਜੁੜਨਾ ਚਾਹੀਦਾ। ਅੱਛਾ ਇਹਨੀਆਂ ਗੱਲਾਂ ਉਦਾਂ ਕਿੱਥੋਂ ਆਉਂਦੀਆਂ? ਆਪਾਂ ਨੂੰ ਕੀ ਖਾਧਾ ਸੀ ਛੋਟੇ ਹੁੰਦੇ ਨੇ ਮੰਮੀ ਨੇ ਤੁਹਾਡੀ? ਮੈਂ ਮੰਮੀ ਦਾ ਦਿਮਾਗ ਖਾਧਾ ਸੀ, ਇਸੇ ਕਰਕੇ ਤੇ ਅਨਾਊਂਸਰ ਬਣ ਗਿਆ। ਮੈਂ ਘਰ ਦੇ ਵਿੱਚ ਹੀ ਅਨਾਊਂਸਮੈਂਟ ਕਰਦਾ ਰਹਿੰਦਾ ਸੀ। ਓਹੋ, ਅੱਛਾ ਜੈਨੀ ਜੀ ਇੱਕ ਮੇਰੀ ਗੱਲ ਦੱਸੋ, ਤੁਸੀਂ ਇੰਨੇ ਕਿਊਟ ਹੈਗੇ ਹੋ, ਓਹੋ ਇੰਨੇ ਸਵੀਟ ਹੈਗੇ ਹੋ, ਪਰ ਤੁਹਾਡੇ ਗਾਣੇ ਇੰਨੇ ਓਪੋਜ਼ਿਟ ਕਿਉਂ ਆ? ਧੱਕੜ ਜੇ ਇਹ ਕੀ ਕਾਰਨ ਆ? ਇਹ ਜਿੱਦਾਂ ਦੀ ਆਵਾਜ਼ ਹੋਵੇ ਫਿਰ ਉੱਦਾਂ ਦੇ ਗਾਣੇ ਗਾਉਣੇ ਪੈਂਦੇ, ਜਿੱਦਾਂ ਦੀ ਡਿਮਾਂਡ ਆਉਂਦੀ ਆ। ਕੋਈ ਨੀ, ਹੌਲੀ ਹੌਲੀ ਕਰਕੇ ਆਪਾਂ ਸੌਫਟ, ਰੋਮੈਂਟਿਕ, ਸੂਫੀ ਸਾਰਾ ਕੁਛ ਹੀ ਗਾਉਣਾ ਆ। ਹਲੇ ਤਾਂ ਇੱਕ ਫਲੇਵਰ ਕੱਢਿਆ ਹੋਇਆ, ਸਾਰੇ ਕੱਢਾਂਗੇ।
ਤੁਹਾਡਾ ਗਾਣਾ ਕਿਹੜਾ ਸੀ? ਇੱਕ ਬੜਾ ਜ਼ਬਰਦਸਤ ਜਿਹਾ ਗਾਣਾ ਆਇਆ ਹੁਣੇ ਹੀ, ਉਹ ਸੁਣਾਓ ਤੁਸੀਂ ਪਹਿਲਾਂ, ਫਟੋ ਜਰਾ ਮਾਈਕ। ਬਿਲਕੁਲ ਲੇਟੈਸਟ ਤੁਹਾਡਾ ਗਾਣਾ ਆਇਆ ਨਾ, ਬਹੁਤ ਘੈਂਟ, ਉਹ ਸੁਣਾ ਦਿਓ ਫਿਰ ਸਾਡੇ ਦਰਸ਼ਕਾਂ ਨੂੰ। ਤੁਸੀਂ ਫਿਰ ਸਹਿਯੋਗ ਕਰੋਗੇ ਨਾਲ? ਹਾਂਜੀ, ਮੈਂ ਡਾਂਸ ਕਰੂੰਗਾ, ਐਕਸ਼ਨ ਕਰੂੰਗਾ। ਬੇਗੀ ਬਣ ਰਹਿੰਦੀਆਂ ਰਕਾਨ ਜੱਟ ਦੀ ਉਹ ਜਮਾ ਸ਼ੱਕ ਨੀ, ਹੁਕਮਾਂ ਦਾ ਯੱਕਾ ਏ ਪਛਾਣ ਜੱਟ ਦੀ ਉਹ ਜਮਾ ਸ਼ੱਕ ਨੀ। ਬੇਗੀ ਬਣ ਰਹਿੰਦੀਆਂ ਰਕਾਨ ਜੱਟ ਦੀ ਉਹ ਜਮਾ ਸ਼ੱਕ ਨੀ। ਇੰਸਟਾਗ੍ਰਾਮ ਚ ਕਿੰਨੇ ਗ੍ਰਾਮ ਹੁੰਦੇ? ਜਿਹੋ ਜਿਹਾ ਸੀ ਤੇਰਾ ਸਵਾਲ ਹੈ ਨਾ, ਦਿਲ ਕਰ ਕੂੜੇ ਵਾਲੇ ਡਰਾਮਾ ਚ ਸੁੱਟਣਾ। ਕਿਆ ਬਾਤ ਹੈ, ਦੇਖੋ ਕਿੱਚੜ ਚ ਕਮਲ ਖਿਲਦਾ। ਇਦਾਂ ਦਾ ਕਮਲ ਖਿਲੇ ਨਾ, ਫਿਰ ਤਾਂ ਲੋਕੀ ਕਮਲ ਤੋਂ ਵੀ ਨਫ਼ਰਤ ਕਰਨ ਲੱਗ ਗਏ। ਨਾ ਨਾ, ਕਮਲ ਤੇ ਮਹਾਰਾਜ ਦੇਸ਼ ਤੇ ਰਾਜ ਕਰਨ ਦਿਆ। ਅੱਛਾ ਮੇਰੀ ਗੱਲ ਸੁਣੋ, ਹੁਣ ਨਾ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਸੀ, ਬੜੀ ਵਧੀਆ। ਮਤਲਬ ਠਾ ਠਾ ਗਾਣੇ ਤਾਂ ਬੋਲਦੇ ਹੀ ਹੋ, ਪਰ ਸੁਰਾਂ ਦੀ ਤੁਹਾਨੂੰ ਬਹੁਤ ਜ਼ਿਆਦਾ ਪਛਾਣ ਹੈਗੀ। ਤੁਸੀਂ ਕਲਾਸੀਕਲ ਬਹੁਤ ਵਧੀਆ ਗਾਉਂਦੇ ਹੋ। ਮੈਂ ਕਵਾਲੀ ਸੁਣਾਉਂਗੀ। ਕਿਆ ਬਾਤ ਹੈ, ਨਮਾਜ਼ਾਂ ਪੜ੍ਹ ਲਈਆਂ ਨੀ ਮੈਂ ਇਸ਼ਕ, ਨਮਾਜ਼ਾਂ ਪੜ੍ਹ ਲਈਆਂ ਮੈਂ ਮੱਕੇ ਜਾ ਕੇ ਕੀ ਲੈਣਾ। ਨੀ ਮੈਂ ਇਸ਼ਕ, ਨਮਾਜ਼ਾਂ ਪੜ੍ਹ ਲਈਆਂ ਮੈਂ ਮੱਕੇ ਜਾ ਕੇ ਕੀ ਲੈਣਾ। ਨੀ ਮੈਂ ਹੋ ਗਈ ਰਾਂਝਣ ਮਾਹੀ ਦੀ, ਹੁਣ ਖੁਦਾ ਨੂੰ ਪਾ ਕੇ ਕੀ ਲੈਣਾ। ਨੀ ਮੈਂ ਇਸ਼ਕ, ਨਮਾਜ਼ਾਂ ਪੜ੍ਹ ਸਾਰਾ ਪੰਜਾਬ 127 ਦੇਸ਼ ਦੇਖ ਰਹੇ ਆ,
ਕਿ ਜੈਨੀ ਜੋਲ ਦੇ ਵਿੱਚ ਬਹੁਤ ਵੱਡੇ ਛੁਪੇ ਰੁਸਤਮ ਤੁਸੀਂ। ਓ ਥੈਂਕ ਯੂ। ਬੜੇ ਰੰਗ ਪਏ ਅਜੇ, ਇਹ ਜਿਹੜੇ ਲੋਕ ਕਹਿੰਦੇ ਨਾ ਕੁੜੀ ਤੱਕੜ ਗਾਣੇ, ਬੜਾ ਕੁਛ ਹੈਗਾ ਜੀ। ਹੁਣ ਦੇਖੋ ਵਧੀਆ ਲੱਗਾ, ਕਿਸੇ ਨੇ ਪਛਾਣਿਆ। ਗੱਲ ਕਾਲੀ ਉੱਤੇ ਨਾਲੇ ਜੀ ਜੀ ਕਰਦੇ, ਦੱਸਦੇ ਕਿ ਬੁੱਲਾਂ ਨੂੰ ਛੁਆਹੀ ਫਿਰਦੇ। ਢੋਲਦਾ ਪਿਆਰ ਮਿੱਠੀ ਮਿੱਠੀ ਆਖ ਕੇ, ਲੱਗਦਾ ਏ ਮੱਠਾ ਮੱਠਾ ਲਾਹੀ ਫਿਰਦੇ। ਢੋਲਦਾ ਪਿਆਰ ਮਿੱਠੀ ਮਿੱਠੀ ਆਖ ਕੇ, ਲੱਗਦਾ ਏ ਮੱਠਾ ਮੱਠਾ ਲਾਹੀ ਫਿਰਦੇ। ਅੱਛਾ ਤੁਹਾਨੂੰ ਕਿੱਦਾਂ ਪਤਾ ਵੀ ਜੇ ਉਹ ਮਿੱਠੀ ਮਿੱਠੀ ਆਖਦਾ ਤੇ ਉਹਨੇ ਫਿਰ ਮਿੱਠਾ ਮਿੱਠਾ ਲਾਇਆ? ਬਾਸ਼ਨਾ ਆ ਗਈ ਪੈਗ ਦੀ। ਤੁਹਾਨੂੰ ਕਿੱਦਾਂ ਪਤਾ ਵੀ ਬਾਸ਼ਨਾ ਪੈਗ ਦੀ ਏਦਾਂ ਦੀ ਹੁੰਦੀ? ਮੈਂ ਤਾਂ ਬਹੁਤ ਛੇਤੀ ਪਛਾਣਨਾ, ਤੁਸੀਂ ਮੈਨੂੰ ਨਹੀਂ ਪਛਾਣ ਰਹੇ। ਮੈਂ ਫਿਊਚਰ ਐਸਪੈਕਟ ਹਾਂ। ਨਹੀਂ, ਇੱਕ ਗੱਲ ਕਹਿਣੀ ਪਊਗੀ, ਬਹੁਤ ਸਪੋਂਟੇਨੀਅਸ ਔਰ ਬਹੁਤ ਵਧੀਆ ਐਕਟਰ ਹੋ ਤੁਸੀਂ, ਬਹੁਤ ਵਧੀਆ ਸਪੋਂਟੇਨੀਅਸ, ਇੱਕਦਮ ਮੌਕੇ ਤੇ ਇੰਨੀਆਂ ਗੱਲਾਂ ਤੁਹਾਨੂੰ ਆਉਂਦੀਆਂ। ਦੇਖੋ ਮੈਨੂੰ ਨਾਲ ਲੱਗਦਾ ਗੱਲਾਂ ਗਾਲਾਂ ਖਾ ਖਾ ਕੇ ਢੀਠ ਹੋ ਗਏ, ਤਾਂ ਹੀ ਇੰਨੀਆਂ ਗੱਲਾਂ। ਬਿਲਕੁਲ ਬਿਲਕੁਲ, ਮੈਂ ਤਾਂ ਇਹਨਾਂ ਨੂੰ ਕਿਹਾ ਸੀ ਕਿ ਦੇਖੋ ਮੈਂ ਤੁਹਾਡੇ ਗਾਣੇ ਦਿਖਾਏ ਪ੍ਰੋਡਿਊਸਰ ਨੂੰ, ਮੈਂ ਕਿਹਾ ਇਸ ਕੁੜੀ ਨੂੰ ਬੁਲਾਓ, ਇਹ ਸਭ ਤੋਂ ਵੱਡੀ ਆਰਟਿਸਟ ਹੈ ਇਸ ਵੇਲੇ ਪੰਜਾਬ ਦੀ, ਸਭ ਤੋਂ ਵੱਧ ਗਾਲਾਂ ਦੇਖੋ ਇਹੀ ਕੱਢ ਸਕਦੇ ਨੇ, ਉਨੀ ਜ਼ਿਆਦਾ ਮੇਰੇ 'ਚ ਸਪੋਂਟੇਨਿਟੀ ਆਏਗੀ। ਹੁਣ ਜਿਹੜੇ ਹਿਸਾਬ ਨਾਲ ਤੁਸੀਂ ਕੁਆਲੀ ਬੋਲੀ ਹੈ, ਦੇਖੋ ਮੇਰੇ ਵਿੱਚ ਵੀ ਬੜੇ ਰੰਗ ਨੇ, ਮੈਂ ਤਾਂ ਕਹਿ ਰਿਹਾ ਮੈਂ ਫਿਊਚਰ ਐਸਪੈਕਟ ਆ, ਮੈਨੂੰ ਨਾਲ ਰੱਖੋ, ਮੈਂ ਪਿੱਛੇ ਪੈ ਕੇ ਇੱਦਾਂ ਇੱਦਾਂ ਵੀ ਕਰ ਲੈਣਾ। ਮੱਛਰ ਮਾਰਦੇ ਇੱਦਾਂ, ਜਦੋਂ ਮੱਛਰ ਹੋਏ ਜ਼ਿਆਦਾ ਤਾਂ ਨਹੀਂ, ਜਿਹੜੇ ਸ਼ੋਅ 'ਚ ਜ਼ਿਆਦਾ ਮੱਛਰ ਹੋਏ ਮਿੰਟੂ ਨੂੰ ਲੈ ਜਾਓ ਇੱਦਾਂ ਮੱਛਰ। ਉਹ ਤਾਂ ਸਿਰਫ ਉਹਨਾਂ ਚਿਰ ਹੀ ਹੋਣੇ ਨਾ ਜਿੰਨਾ ਚਿਰ ਅਸੀਂ ਸਟੇਜ 'ਤੇ, ਜਦੋਂ ਤੁਸੀਂ ਆ ਗਏ ਫਿਰ ਤਾਂ ਉਹਨਾਂ ਨੇ ਕੁਛ ਰਕਾਵ ਕਰ ਹੀ ਦੇਣਾ। ਮਤਲਬ ਇਕੱਲਾ ਆਊਂਗਾ ਮੱਛਰ ਮਾਰ ਲੂੰਗਾ, ਜੇ ਤੁਸੀਂ ਆਓਗੇ ਫਿਰ ਆਪਾਂ ਤਾੜੀ ਮਾਰ ਲੈਂਗੇ। ਬਹੁਤ ਕਮਾਲ, ਬਹੁਤ ਕਮਾਲ, ਇਹ ਮੈਨੂੰ ਤੁਸੀਂ ਸਿਖਾਉਣੀ ਆ। ਠੀਕ ਹੈ, ਕੁੜੀਆਂ ਦੀ ਇੱਕ ਕੁਆਲਿਟੀ ਹੁੰਦੀ ਹੈ, ਉਹ ਕੰਮ ਬਹੁਤ ਵਧੀਆ ਕਰਦੀਆਂ, ਖਾਣ ਪੀਣ ਵਾਲਾ ਕੁਛ ਬਣਾਉਣ ਦਾ ਤੇ ਕੁਛ ਡਿਸ਼ਿਸ ਬਣਾਉਣ। ਮੈਂ ਬਹੁਤ ਨਹੀਂ ਬਣਾਉਣੀਆਂ, ਬਣਾਉਣੀ ਆਉਂਦੀ ਪਰ ਮੈਂ ਆਲਸੀ ਬਹੁਤ ਆ, ਮੇਰਾ ਦਿਲ ਕਰੇ ਤਾਂ ਮੈਂ ਬਣਾਉਣੀ ਆ ਸਵਾਦ ਆਪਣੇ, ਜਦੋਂ ਮੇਰਾ ਦਿਲ ਕਰੇ ਮੈਂ ਆਪਣੇ ਲਈ ਕੁਛ ਬਣਾ। ਕੀ ਬਣਾਉਂਦੇ ਹੋ? ਮੈਗੀ ਤੇ ਚਾਹ ਤੋਂ ਇਲਾਵਾ? ਨਹੀਂ, ਮੈਗੀ ਤੇ ਚਾਹ ਬਣਾਉਣ ਵੇਲੇ ਤਾਂ ਆਲਰੇਡੀ ਸਭ ਨੂੰ ਆਉਂਦਾ ਹੁੰਦਾ, ਉਹਦਾ ਕੀ ਹੈ, ਉਹ ਤਾਂ ਮੁੰਡੇ ਵੀ ਬਣਾ ਲੈਂਦੇ। ਮੈਨੂੰ ਨਹੀਂ ਆਉਂਦਾ, ਅਜੂਬਾ ਹੋਣਾ ਦੁਨੀਆ ਦਾ ਅੱਠਵਾਂ। ਅਜੂਬਾ ਨੂੰ ਨਮੂਨਾ ਕਹਿਣ ਲੱਗੇ ਤੁਹਾਡੇ ਮੂੰਹ ਨਿਕਲੇ ਯਾਰ, ਮਤਲਬ ਕਿਸੇ ਬੰਦੇ ਨੂੰ ਨਾ ਇੱਜ਼ਤ ਦੋ, ਉਹਨੂੰ ਵੀ ਬਰਦਾਸ਼ਤ ਨਹੀਂ ਹੁੰਦੀ ਨਾ, ਉਹ ਕਹਿੰਦਾ ਚੱਲ ਫਿਰ ਮੈਂ ਨਮੂਨਾ ਹੀ ਕਹਿ ਦੇ। ਦੇਖੋ ਇੱਜ਼ਤ ਤੇ ਸਾਰੇ ਕਰਦੇ, ਮੈਂ ਬੇਇੱਜ਼ਤੀ ਦਾ ਭੁੱਖਾ, ਮੈਂ ਗਾਲਾਂ ਦੀ ਖੱਟੀ ਖਾਣਾ ਇੱਥੇ, ਜਿੰਨੀਆਂ ਵੱਧ ਕੱਢੋਗੇ ਮੇਰੇ ਉਨੇ ਪੈਸੇ ਵਧੀ ਜਾਣੇ। ਪ੍ਰੋਡਿਊਸਰਾਂ ਨੂੰ ਪਤਾ ਨੀ ਕਿਹੜਾ ਵੱਟ ਹੈ ਮਾਮੇ ਮੇਰੇ ਤੇ ਕੱਢਣ ਡੇ। ਚਲੋ ਕੋਈ ਗੱਲ, ਉਹਨਾਂ ਨੂੰ ਵੀ ਵੱਟ ਹੀ ਲੱਗਦਾ ਜਿਹੜਾ ਗੱਲ ਗੱਲ ਤੇ ਤੁਹਾਡੀ ਬੱਚੀ ਮਾਰ ਰਿਹਾ, ਇਹਨੂੰ ਵੱਟ ਪੈ ਗਏ, ਇਹਨੇ ਕੁਛ ਹੋਰ ਹੀ ਬਣ ਜਾਣਾ। ਆ ਦੇਖੋ ਤੇ ਸਹੀ, ਏਦਾਂ ਨੀ ਲੱਗਦਾ ਤੁਹਾਨੂੰ ਪਹਾੜ ਬੈਠਾ ਇੱਕ ਜਗ੍ਹਾ? ਤੈਨੂੰ ਵੀ ਤਾਂ ਕਿਸੇ ਸਰਕਸ ਤੋਂ ਚੱਕ ਲਿਆਂਦਾ ਲੱਗਦਾ ਮੈਨੂੰ ਤਾਂ। ਮੈਨੂੰ ਨਹੀਂ ਨਹੀਂ, ਸਰਕਸ ਚੋਂ ਨੀ ਚੱਕਿਆ ਇਹਨਾਂ ਨੇ, ਮੈਂ ਤਾਂ ਰਿਸ਼ ਕੋਲੋਂ ਖੋ ਕੇ ਲਿਆਇਆ ਉਹ ਜੰਗਲ। ਜੰਗਲ ਬੁੱਕ ਨੀ ਵੇਖੀ ਮੋਂਗਲੀ, ਮੈਂ ਹੀ ਹਾਂ ਮੋਗਲੀ, ਥੋੜਾ ਸੋਹਣਾ ਸੀ ਮੈਨੂੰ ਤਾਂ, ਤੁਸੀਂ ਕੁਛ ਹੋਰ ਹੀ ਲੱਗਣ ਦੇ। ਨਹੀਂ ਉਹ ਛੋਟਾ ਹੁੰਦਾ ਸੀ ਨਾ, ਅੱਛਾ ਹੁਣ ਮੈਂ ਵੱਡਾ ਹੋ ਗਿਆ, ਵੱਡਾ 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 ਮੱਕਡਾ ਵੱਡਾ ਹੈ ਨਾ, 2.5-3 ਫੁੱਟ ਕਿਤੇ ਛੱਡ ਕੇ ਆਏ ਹੋਰ ਵੱਡੇ ਵੱਡੇ ਹੋਏ ਨੇ ਉਹ ਜੰਗਲ 'ਚ ਛੱਡ ਕੇ ਆਇਆ ਨਾ, ਬਘੀਰਾ ਉੱਥੇ ਰਹਿੰਦਾ ਨਾ ਮੇਰਾ ਯਾਰ। ਅੱਛਾ ਕਿਹੜੀ ਕਿਹੜੀ ਡਿਸ਼ ਬਣਾ ਲੈਂਦੇ ਹੋ? ਮੈਂ ਅਚਾਰੀ ਪਨੀਰ ਬਣਾ ਲੈਂਦੀ ਹਾਂ, ਬੜਾ ਸਵਾਦ। ਅਚਾਰੀ ਪਨੀਰ? ਆਹੋ, ਖਾਧਾ ਕਦੇ ਚਾਰੀ ਪਨੀਰ? ਕੀ ਮਤਲਬ, ਚਾਰ ਭਾਜੀ ਦਾ ਪਨੀਰ? ਨਹੀਂ ਨਹੀਂ, ਉਹਦਾ ਨਾਂ ਹੀ ਚਾਰੀ ਪਨੀਰ ਆ, ਉਹ ਬਹੁਤ ਕਰਾਰਾ ਹੁੰਦਾ, ਬੜੀਆਂ ਵਧੀਆ ਚੀਜ਼ਾਂ। ਉਹ ਕਿਉਂ ਦੱਸਾਂ ਮੈਂ, ਉਹ ਤਾਂ ਮੇਰੀ ਫਿਰ ਸਪੈਸ਼ਲਿਟੀ। ਮੁਗਲਈ ਸ਼ਿਮਲਾ ਮਿਰਚ ਖਾਧੀ ਕਦੇ ਪਹਿਲਾਂ? ਅਚਾਰੀ ਪਨੀਰ ਦੱਸੋ ਬਣਦੇ ਕਿੱਦਾਂ? ਇੱਦਾਂ ਕਿਉਂ, ਮੈਂ ਆਪਣੀ ਸਪੈਸ਼ਲਿਟੀ ਕਿਉਂ ਦੱਸਾਂ? ਪਰਸ ਨਹੀਂ ਲੈਣਾ ਆਪਣਾ, ਪਰਸ ਲੈਣਾ? ਓਏ ਹੋਏ, ਵੈਸੇ ਮੈਂ ਪਰਸ ਜਾਣ ਕੇ ਇਹੋ ਜਿਹਾ ਲੈ ਕੇ ਆਈ ਸੀ ਕਿ ਚੱਲ ਜੇ ਤੂੰ ਰੱਖ ਵੀ ਲਵੇਂ ਮੈਨੂੰ ਫਰਕ ਨਹੀਂ ਪੈਂਦਾ, 100 ਰੁਪਇਆ ਹੀ ਆ ਵਿੱਚ, ਕੋਈ ਨਹੀਂ। ਤੇਰੀ ਸ਼ਕਲ ਵੇਖ ਕੇ ਉਹਦੇ ਹਿਸਾਬ ਨਾਲ ਲਿਆਂਦਾ ਜੈਨੀ ਜੋਲ ਦੇ ਪਰਸ 100 ਰੁਪਇਆ? ਮੈਨੂੰ ਪਤਾ ਸੀ ਬਿੱਟੂ ਅਨਾਊਂਸਰ ਨੇ ਚੋਰੀ ਕਰਨਾ, ਮੈਨੂੰ ਸੂਤਰਾਂ ਤੋਂ ਪਤਾ ਲੱਗ ਗਿਆ ਸੀ। ਹੈਵ ਅ ਬਿਗ ਅਪਲੌਸ ਫਾਰ ਕਲੇਵਰ ਗਰਲ। ਠੀਕ ਹੈ ਜੀ, ਅੱਜ ਕੱਲ੍ਹ ਕੁੜੀਆਂ ਇੱਦਾਂ ਦੀਆਂ ਹੋਣੀਆਂ ਚਾਹੀਦੀਆਂ ਚਲਾਕ, ਤਾਂ ਹੀ ਮੈਂ ਕਹਿੰਦਾ ਆਪਣੇ ਇੰਡੀਆ 'ਚ ਵਧੀਆ ਤਰੀਕੇ ਨਾਲ ਜੀ ਸਕਦੀਆਂ। ਦੇਖੋ ਜੈਨੀ ਜੋਲ ਨੂੰ, ਕੁੜੀਓ ਇੱਦਾਂ ਦੀਆਂ ਬਣੋ, ਇੱਕ ਪਰਸ ਵੱਖਰਾ ਰੱਖਣਾ, ਜਿਹ 'ਚ 100 ਰੁਪਇਆ ਕੋਈ ਖੋ ਕੇ ਵੀ ਲੈ ਜਾ ਕੋਈ ਗੱਲ ਨਹੀਂ। ਅੱਛਾ ਜੈਨੀ ਜੋਲ ਜੀ, ਹਾਂਜੀ, ਅਗਲੀ ਗੱਲ ਕਰਦੇ, ਤੁਹਾਡਾ ਨਾ ਇੱਕ ਨਾ ਗਾਣਾ ਆਇਆ ਸੀ ਬਹੁਤ ਵਧੀਆ,
मिठा मिठा लाई फिरदा मिठा मिठा नहीं मठा मठा लाई फिरदा अच्छा वो कुछ और लाया उन्हें मठा मठा लाया सी मैंने लगा उन्हें गुड़ खादा अच्छा उन्हें कुछ गुड़ दा काट के पीता सी अच्छा मठा मठा लाई फिरदा मैं गाना वेख्या ते तुही खुश होंडे मठा मठा लाई फिरदा कितना खुशियां मनाउंडे लवली जला के हुन करे बड़दा गल गाली उत्ती नाली जी जी कर दे देखी बुलना नुशुआही फिर दे तोलता प्यार मिठी मिठी आख के लगता है मठा मठा लाही फिर दे तोलता प्यार मिठी मिठी आख के लगता है मठा मठा लाही फिर दे फुलफिल करूंगा अथड़े हिसाब सारे रीना जोड़दा चेंज होना तड़के गारंटिया मेरी हॉलीडे प्लान जो बना ही फिर दोलता प्यार मिठी मिठी आख के लगता है मठा मठा लाही फिर दोलता प्यार मिठी मिठी आख के लगता है मठा मठा लाही फिर सरूर सी गीत दे विच जेड़े हिसाब नाल तुसी मतलब गल्लां करदे पे ना अगले नूं कहन दे उन्हें दो पैग होर ला के आ जाणा घरों बाहर ही जाऊगा फिर अच्छा धक्के मार के कढ़ देने घरों बाहर तुहाडा पला हो जाए अच्छा तुहानूं किदां पता है भी जो मिठी मिठी आखदा ते उन्हें फिर मिठा मिठा लाया यार पता लग जांदा मैं उन्हूं कहा कि कोल आ मेरे अच्छा ते फिर मैनूं बाशना आ गई पैग दी तुहानूं किदां पता बाशना पैग दी इदां दी हुंदी ਪੰਜਾਬ ਚ ਰਹਿੰਦੀ ਹਾਂ ਮੈਂ ਕਿਤੇ ਪ੍ਰਦੇਸਾਂ ਚੋਂ ਨਹੀਂ ਆਈ ਮੈਂ ਮਤਲਬ ਕਿੱਦਾਂ ਫਿਰ ਵੀ ਅੱਜ ਕੱਲ ਦੀਆਂ ਕੁੜੀਆਂ ਬਹੁਤ ਸਮਾਰਟ ਆ ਮੁੰਡਿਆਂ ਦੇ ਰਾਗ ਰਾਗ ਤੋਂ ਵਾਕਫ ਆ ਪਤਾ ਲੱਗ ਜਾਂਦਾ ਦੂਰੋਂ ਹੀ ਇੱਕ ਇੱਕ ਐਕਸਪ੍ਰੈਸ਼ਨ ਤੋਂ ਪਤਾ ਲੱਗ ਜਾਂਦਾ ਵੀ ਹਾਂ ਕੁਛ ਗੜਬੜਿਆ ਕੁੜੀਆਂ ਬਹੁਤ ਸਮਾਰਟ ਆ ਪਰ ਜੈਨੀ ਜੋਲ ਸਮਾਰਟ ਨੇ ਸੁਪਰ ਸਮਾਰਟ ਆ ਅੱਛਾ ਇੱਕ ਹੋਰ ਗਾਣਾ ਆਇਆ ਸੀ ਤੁਹਾਡਾ ਜਿਹ ਚ ਕਿਹਾ ਵੀ ਮੁੰਡੇ ਪਿੰਡਾਂ ਦੇ ਹਨਾ ਵੀ ਤੁਸੀਂ ਇੱਕ ਸਹੇਲੀ ਨੂੰ ਚੰਡੀਗੜ੍ਹੋਂ ਲੈ ਕੇ ਆਉਂਦੇ ਹੋ ਪਿੰਡ ਦੇ ਵਿੱਚ ਉਹ ਜ਼ਿਆਦਾ ਹਵਾ ਕਰਦੀ ਨਾ ਫਿਰ ਕੀ ਸਾਡੇ ਚੰਡੀਗੜ੍ਹ ਦੀਆਂ ਕੁੜੀਆਂ ਇਦਾਂ ਫਿਰ ਤੁਸੀਂ ਉਹਨੂੰ ਭੂੰਡ ਤੇ ਬਿਠਾਇਆ ਚੰਡੀਗੜ੍ਹ ਦੀ ਕੁੜੀ ਨੂੰ ਪਿੰਡ 'ਚ ਉਹ ਟੈਂਪੂ ਜਿਹਾ ਹੁੰਦਾ ਜਿਹੜਾ ਉਹ ਭੂੰਡ ਅੱਗੋਂ ਇਦਾਂ ਮੈਨੂੰ ਪਤਾ ਆ ਤੇ ਉੱਥੇ ਕਿਉਂ ਬਿਠਾਇਆ ਉਹਨੂੰ ਗੁੱਸਾ ਨਹੀਂ ਕੀਤਾ ਸਹੇਲੀ ਨੇ ਉਹ ਕਹਿੰਦੀ ਤੇ ਪਈ ਆਈ ਐਮ ਨਾਟ ਗੋਇੰਗ ਇਨ ਦਿਸ ਸ਼ਿਟ ਓ ਮਾਈ ਗੋਡ ਫਿਰ ਮੈਂ ਉਹਨੂੰ ਕਿਹਾ ਵੀ ਆ ਬਹੁਤ ਮਜ਼ਾ ਆਊਗਾ ਤੈਨੂੰ ਘੁਮਾਵਾਂ ਪਿੰਡ ਪਹਿਲਾਂ ਤੇ ਬੜੀ ਹਵਾ ਜੀ ਕਰਦੀ ਉਹ ਫਿਰ ਐਂਡ ਕਿ ਜਿਹਦੇ ਜਾ ਕੇ ਫਿਰ ਉਹ ਵੀ ਇੰਜੋਏ ਕਰਨ ਲੱਗ ਨਹੀਂ ਤੇ ਤੁਸੀਂ ਉਹਨੂੰ ਦੱਸਿਆ ਨਹੀਂ ਵੀ ਇਹ ਭੂੰਡ ਆ ਸ਼ਿਟ ਨਹੀਂ ਆ ਗਾਣਾ ਹੈ ਕੀ ਸੀ ਪਿੰਡਾਂ ਦੇ ਮੁੰਡੇ ਦੱਸਿਓ ਮਾੜਾ ਜਿਹਾ ਗਾਇਓ ਇੱਕ ਲਾਈਨ ਗਾਇਓ ਦੋ ਲਾਈਨ ਬਿੰਦ ਰੱਖੀ ਦੀ ਸੀਡੀ ਨਦੀਆਂ ਗੱਡੀਆਂ ਚ ਰਹੇ ਵੱਜਦੀ ਰਿਛ ਨੂੰ ਡੂਮ ਨਾਲ ਲੜ ਗਿਆ ਓਏ ਅੱਛਾ ਪਿੰਡਾਂ ਵਾਲੇ ਮੁੰਡਿਆਂ ਦੀਆਂ ਇੰਨੀਆਂ ਤਰੀਫਾਂ ਤੇ ਸ਼ਹਿਰੀ ਮੁੰਡਿਆਂ ਬਾਰੇ ਤੁਹਾਡਾ ਕੀ ਖਿਆਲ ਹੈ ਸ਼ਹਿਰੀ ਮੁੰਡੇ ਵੀ ਵਧੀਆ ਹੁੰਦੇ ਆ ਤਰੀਫਾਂ ਉਦਾਂ ਪਿੰਡਾਂ ਵਾਲਿਆਂ ਦੀ ਵਿਚਾਰੇ ਕੁੜੀ ਬੇਇੱਜ਼ਤੀ ਜੀ ਕਰਦੀ ਆ ਫਿਰ ਮੈਂ ਕਿਹਾ ਕਿ ਨਹੀਂ ਪਿੰਡਾਂ ਵਾਲੇ ਮੁੰਡੇ ਘੈਂਟ ਹੁੰਦੇ ਆ ਐਨ ਕੁੜਤੇ ਪਜਾਮੇ ਪਾ ਕੇ ਐਨ ਚੱਕਮੇ ਘੈਂਟ ਸਰੀਰ ਇੱਕਦਮ ਤੇ ਸ਼ਹਿਰੀ ਮੁੰਡਿਆਂ ਵਾਸਤੇ ਕੋਈ ਗਾਣਾ ਕਿਉਂ ਨਹੀਂ ਬਣਾਇਆ
ਕਿੰਨੇ ਗਾਣੇ ਬਣਾਏ ਦੇ ਹੋ ਸਾਰਿਆਂ ਲਈ, ਹੁਣ ਕਿਸੇ ਚ ਮੈਂਸ਼ਨ ਆ ਕਿਸੇ ਚ ਨਹੀਂ ਮੈਂਸ਼ਨ ਕਰੀਦਾ? ਅੱਛਾ, ਪੇਂਡੂ ਮੁੰਡਾ ਤੇ ਕਹਿੰਦੇ ਵੀ ਸ਼ਹਿਰੀ ਵੀ ਆਪਣੇ ਆਪ ਨੂੰ ਪੇਂਡੂ ਸਮਝ ਲੈ ਫਿਰ। ਬੜੇ ਚਲਾਕ ਹੈਗੇ ਤੁਸੀਂ, ਮੈਂ ਲਾਇਆ ਹਿਸਾਬ ਤੁਸੀਂ ਪੋਲੀਟੀਸ਼ੀਅਨ ਬਾਰਿਆਂ ਚ ਬੋਲੇ ਮੁਟਿਆਰ ਜੱਟ ਦੇ ਕਿਵੇਂ ਛੱਡ ਦੂ, ਉਹ ਕੋਈ ਕਿਸੇ ਵੀ ਮੁੰਡੇ ਬਾਰੇ ਹੋ ਸਕਦਾ, ਜ਼ਰੂਰੀ ਥੋੜੀ ਕਿ ਪਿੰਡ ਦਾ ਮੁੰਡਾ ਹੋਊਗਾ। ਵੈਰੀ ਡਿਪਲੋਮੈਟਿਕ ਆਨਸਰ, ਤੁਸੀਂ ਬਹੁਤ ਵੱਡੇ ਲੀਡਰ ਬਣਨਾ ਕਰ। ਆਮ ਨਾਟ ਇੰਟਰਸਟਿਡ ਇਨ ਪੋਲੀਟਿਕਸ। ਯੈਸ, ਆਮ ਨਾਟ ਇੰਟਰਸਟਿਡ ਇਨ ਪੋਲੀਟਿਕਸ। ਓ ਯਾ ਯਾ। ਅੱਛਾ ਤੇ ਇਹ ਦੱਸੋ ਵੀ ਗੋਲ ਗੱਪੇ ਖਾਧੇ ਕਦੀ? ਗੋਲ ਗੱਪੇ ਨਾ ਮੇਰੀ ਨਹੀਂ ਬਣਦੀ, ਮੈਂ ਸਿੰਗਰ ਹਾਂ, ਮੈਂ ਨਹੀਂ ਖਾ ਸਕਦੀ ਗੋਲ ਗੱਪੇ। ਗੋਲ ਗੱਪੇ ਖਾਧੇ ਨਹੀਂ ਕਦੀ? ਯਾਰ ਇੱਕ ਇੰਟਰਵਿਊ ਚ ਗਈ ਸੀ ਤੁਹਾਡੇ ਵਰਗੇ ਇੱਕ ਬੰਦੇ ਨੇ ਜ਼ਬਰਦਸਤੀ ਖਵਾਤੇ ਸੀ ਮੈਨੂੰ। ਨਹੀਂ ਖਵਾਣੇ ਨਹੀਂ, ਅਸੀਂ ਪੁੱਛਣਾ ਹੀ ਹੈ ਬਸ। ਮੈਨੂੰ ਪਤਾ ਆ ਚਾਹ ਪੀਣ ਜੋਗੇ ਤੇ ਯਾਰ ਤੇਰੇ ਕੋਲ ਪੈਸੇ ਨਹੀਂ, ਗੋਲ ਗੱਪੇ ਤੋਂ ਮੈਨੂੰ ਕੀ ਖਵਾਉਣੇ ਆ? ਉਹ ਤਾਂ ਕੋਈ ਨਾ, ਜਦ ਮੈਂ ਫੋਨ ਕਰਕੇ ਕਹਿਣਾ ਜੈਨੀ ਚੋਲ, ਉਹਨੇ ਰੇਹੜੀ ਇੱਥੇ ਲਾ ਜਾਣੀ, ਪੈਸੇ ਲੈਣੇ ਹੀ ਨਹੀਂ ਆ। ਅੱਛਾ ਗੋਲ ਗੱਪੇ ਖਾਧੇ ਕਦੀ ਵੈਸੇ ਰੇਹੜੀ ਤੇ ਖਲੋ ਕੇ? ਛੋਟੇ ਹੁੰਦੇ ਕਦੀ ਇੱਕ ਅੱਧੀ ਵਾਰੀ, ਹਾਂ। ਇੱਦਾਂ ਤਾਂ ਨਹੀਂ ਕਿ ਨਹੀਂ ਖਾਧੇ, ਪਰ ਉਦਾਂ ਘੱਟ, ਬਿਲਕੁਲ ਨਹੀਂ ਖਾਂਦੀ ਕਿਉਂਕਿ ਗਲੇ ਕਰਕੇ ਥੋੜਾ ਸੋਚਣਾ ਪੈਂਦਾ ਨਾ। ਅੱਛਾ ਜੈਨੀ ਜੀ, ਹੁਣ ਤੁਸੀਂ ਨਾ ਆਪਣੀ ਪਸੰਦ ਦਾ ਕੋਈ ਵੀ ਗਾਣਾ, ਵੈਸੇ ਸਾਨੂੰ ਦੋ ਲਾਈਨਾਂ ਸੁਣਾਓ ਪਹਿਲਾਂ ਪੰਜਾਬੀ ਚ, ਜਦ ਤੁਹਾਡਾ ਫੇਵਰੇਟ ਹੋਏ ਤੁਹਾਡਾ ਹੀ ਗਾਣਾ। ਮੇਰਾ ਗਾਣਾ? ਹਾਂ। ਸੱਪਾਂ ਦਾ ਭੁਲੇਖਾ ਪਵੇ ਮੇਰੀ ਗੁੱਤ ਤਾਂ, ਹਾਏ ਮੇਰੀ ਗੁੱਤ ਤਾਂ, ਬੁਰਾ ਹਾਲ ਹੋਇਆ ਨੀ ਜੱਟਾਂ ਦੇ ਪੁੱਤ ਤਾਂ, ਨੀ ਜੱਟਾਂ ਦੇ ਪੁੱਤ ਤਾਂ, ਹੋ ਯਾਰੀ ਮੇਰੀ ਬਣ ਗਈ ਸਵਾਲ ਪੁੱਛਦਾ ਨੀ ਸਵਾਲ ਪੁੱਛਦਾ। ਘਰ ਦੇ ਵਿੱਚ ਦੋ ਜਣੇ ਰਹਿੰਦੇ ਆ, ਇੱਕ ਦਾ ਨਾਂ ਹੈ ਆਈ ਮਿਸ ਯੂ, ਦੂਜੇ ਦਾ ਨਾਂ ਹੈ ਆਈ ਲਵ ਯੂ। ਆਈ ਮਿਸ ਯੂ ਘਰ ਛੱਡ ਕੇ ਚਲਾ ਗਿਆ, ਪਿੱਛੇ ਕੌਣ ਰਹਿ ਗਿਆ? ਮੰਨ ਲਓ ਤੁਹਾਡੀ ਪਾਰਟੀ ਆ ਤੇ ਪਾਰਟੀ ਤੋਂ ਬਹਾਨੇ ਬਣਾਉਣਾ, ਤੁਸੀਂ ਕਹਿੰਦੇ ਨਹੀਂ ਨਹੀਂ ਅੱਜ ਮੈਂ ਬਿਮਾਰ ਆ, ਅੱਜ ਮੈਂ ਨਾ ਠੀਕ ਨਹੀਂ ਹੈਗੀ, ਪਾਰਟੀ ਨਹੀਂ ਕਰ ਸਕਦੀ, ਜੇ ਤੁਹਾਡੀ ਵਾਰੀ ਹੋਏ ਕਿੱਦਾਂ ਕਰ? ਮੈਂ ਬਹੁਤ ਕੰਜੂਸ ਹਾਂ, ਇੰਨਾ ਪੈਸਾ ਕੀ ਕਰਨਾ ਜੀ, ਇੰਨਾ ਪੈਸਾ ਕਿੰਨਾ ਪੈਸਾ? ਅੰਬਾਨੀ ਦੀ ਕੁੜੀ ਆ ਮੈਂ। ਅੰਬਾਨੀ ਦੀ ਕੁੜੀ ਨਹੀਂ, ਤੁਸੀਂ ਅੰਬਾਨੀ ਨਾਲ ਵੱਧ ਕਮਾਉਂਦੇ ਹੋ। ਮੇਰੀ ਗੱਲ ਸੁਣੋ, ਤੁਹਾਡੇ ਸਾਰੇ ਗਾਣੇ ਇੱਦਾਂ ਦੇ ਆ ਹਨਾ, ਧੜਕ ਭੜਕ ਵਾਲੇ। ਅੱਛਾ, ਤੁਸੀਂ ਜਦੋਂ ਛੋਟੇ ਹੁੰਦੇ ਸੀ ਬੜੇ ਲੜਾਕੇ ਹੁੰਦੇ? ਲੜਾਕੀ ਆ ਮੈਂ ਹਜੇ ਵੀ, ਤਾਂ ਹੀ ਨੀ ਮੈਂ ਕਿਹਾ ਮੇਰੇ ਕੋਲ ਬਚ ਕੇ ਰਹਿ, ਕਸੋਨ ਕਸੋਨ ਜਦੋਂ ਮਰਜ਼ੀ ਬਚ, ਗੱਲ ਮੈਨੂੰ ਕੁਛ ਸਿੱਧੀ ਕੋਈ ਨੀ ਕਰਨੀ। ਅੱਛਾ ਫਿਰ ਸਕੂਲ ਚ ਕਿੰਨੇ ਮੁੰਡੇ ਕੁੱਟੇ ਸੀ ਤੁਸੀਂ? ਬਥੇਰੇ। ਤਾਂ ਹੀ ਤਾਂ ਮੈਂ ਕਹਿੰਦੀ ਬਚ ਕੇ ਰਹਿ, ਮੇਰੇ ਤੋਂ ਕਸੋਨ ਕਸੂਨ ਪੈ ਜਾਂਦਾ ਹੁੰਦਾ। ਕਸੋਨ ਮਾਰੇ ਤੁਸੀਂ? ਲੈ ਕਸੋਨ, ਮੈਂ ਤੇ ਕੰਪਸ ਹੁੰਦੀ ਨਾ ਕੰਪਸ, ਮੇਰਾ ਇੱਕ ਕਲਾਸਮੇਟ ਹੁੰਦਾ ਸੀ ਮਨਵੀਰ, ਸਾਨੂੰ ਨਾ ਰੋਲ ਨੰਬਰ ਵਾਈਜ਼ ਬਿਠਾਉਂਦੇ ਹੁੰਦੇ ਸੀ, ਤੇ ਮੈਨੂੰ ਬੜੀ ਖੇਚ ਚੜ੍ਹਦੀ ਸੀ, ਮੈਮ ਨੇ ਮੈਨੂੰ ਇੰਨਾ ਬਿਠਾਇਆ, ਮੈਨੂੰ ਸ਼ਕਲ ਨਹੀਂ ਪਸੰਦ ਸੀ, ਤੇ ਮੇਰੇ ਜੂੜਾ ਜਿਹੜਾ ਪੱਟ ਦਿੰਦੀ ਸੀ ਉਹਦਾ ਮੈਂ, ਤੇ ਉਹਦੇ ਮੈਂ ਕੰਪਸ ਦੇ ਹਜੇ ਤੱਕ ਨਿਸ਼ਾਨ ਉਹਦੇ ਹੱਥ ਤੇ ਆ, ਤੇ ਮੈਨੂੰ ਕਹਿੰਦਾ ਹੁੰਦਾ ਕਿ ਤੂੰ ਹਜੇ ਵੀ ਉਦਾਂ ਦੀ ਕਿ ਥੋੜੀ ਹੱਥ ਤੇ ਕੰਪਾਸ ਮਾਰਤੀ, ਹੋਰ ਬਹੁਤ ਜ਼ੋਰ ਦੀ ਖਾਸ ਜੈਨੀ ਆ ਮੈਂ। ਤੁਸੀਂ ਗਲਤ ਫੀਲਡ ਚ ਆ ਗਏ, ਤੁਹਾਨੂੰ ਬਾਰਡਰ ਤੇ ਨਾ ਭੇਜਦੀ, ਤੁਸੀਂ ਤਾਂ ਕੰਪਾਸਾ ਮਾਰ ਮਾਰ ਦੁਸ਼ਮਣ ਮਾਰ ਦੇਣਾ, ਉਹਨਾਂ ਦੇ ਹੱਥ ਪਾੜ ਦੇਣਾ ਫੜੀ ਜਾਣੀ ਉਹਦੇ ਲਈ। ਦੋਹੇ ਨੈਣ ਜੱਟੀ ਦੇ ਜਾਪ ਦੇ, ਉਹ ਵੀ ਬਹੁਤ ਆ ਜੋ ਰਪਲ ਦੇ ਨਾਲ ਹੀ, ਇੱਕ ਤਾਂ ਤੁਹਾਡੇ ਨੈਣ ਹੀ ਗੋਲੀਆਂ ਮਾਰਦੀ ਕੀ ਕਰਨਾ। ਅੱਛਾ ਚਲੋ ਬਹੁਤ ਵਧੀਆ ਲੱਗਿਆ, ਤੁਹਾਨੂੰ ਨਾ ਸੱਭਿਆਚਾਰ ਬਾਰੇ ਬਹੁਤ ਨੌਲੇਜ ਹੈ। ਅੱਛਾ, ਅੱਜ ਸਾਨੂੰ ਊੜਾ ਆੜਾ ਪੂਰਾ ਸੁਣਾ ਕੇ ਦੱਸੋ, ਪੂਰਾ ਊੜਾ ਆੜਾ। ਊੜਾ ਐੜਾ ਈੜੀ ਸੱਸਾ ਹਾਹਾ, ਕੱਕਾ ਖੱਖਾ ਗੱਗਾ ਕੰਗਾ ਘੱਗਾ ਗੰਗਾ, ਚੱਚਾ ਛੱਛਾ ਜੱਜਾ ਚੱਜਾ ਜੰਜਾ, ਟੈਂਕਾ ਠੱਠਾ ਡੱਡਾ ਟੱਡਾ ਨਾਣਾ, ਟੱਤਾ ਥੱਥਾ ਦੱਦਾ ਤੱਦਾ ਨੰਨਾ, ਪੱਪਾ ਫੱਫਾ ਬੱਬਾ ਪੱਬਾ ਮੰਮਾ, ਯੱਯਾ ਰਾਰਾ ਲੱਲਾ ਬਵਾ ਡਾਲਾ, ਸੱਸੇ ਪੈਰ ਬਿੰਦੀ ਸ਼ਾਵਾ, ਕੱਖੇ ਪੈਰ ਬਿੰਦੀ ਖਾ ਬੋਲੇ, ਗੱਗੇ ਪੈਰ ਬਿੰਦੀ ਗਾ ਬੋਲੇ, ਲੱਲੇ ਪੈਰ ਬਿੰਦੀ ਲਾ ਬੋਲੇ। ਤੇ ਜੇ ਖੱਖੇ ਪੈਰੀ ਬਿੰਦੀ ਲਾ ਕੇ ਖਾ ਹੀ ਬੋਲਣਾ, ਬਿੰਦੀ ਅੰਬਲਿਆਂ ਨੂੰ ਲਾਈ, ਖਾ ਬੋਲੇ ਖਾ 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 ਕੇ, ਇਹਨੂੰ ਵਿਚਾਰੇ ਨੂੰ ਕੋਈ ਰੋਟੀ ਨਹੀਂ ਦਿੰਦਾ, ਇਹਨੂੰ ਖਾਣ ਦੇ ਸੁਪਨੇ ਆਉਂਦੇ ਰਹਿੰਦੇ, ਤਾਂ ਕਹਿੰਦਾ ਖਾ ਖਾ ਖੱਖੇ ਪੈਰੀ ਬਿੰਦੀ ਜ਼ੋਰ ਦੀ ਮਾਈਕ ਮਾਰਾਂ ਸਿਰ ਚ, ਪਹਿਲਾਂ ਕਹਿੰਦੇ ਜਿਹੜੀਆਂ ਐਨਕਾਂ ਲਿਆਂਦੀਆਂ ਯਾਰ, ਕਿਹਦੀਆਂ ਮੰਗੀਆਂ ਲਿਆਂਦੀਆਂ ਹੁੰਦੀਆਂ? ਖਾ ਦੀਆਂ, 10 ਰੁਪਏ ਦੀਆਂ ਐਨਕਾਂ ਲਾਈਆਂ, ਨਾ ਨਾ
ਬਿਲਕੁਲ ਦੇਸੀ ਮਹੀਨੇ ਦੇ ਨਾਮ ਹੀ ਆਉਂਦੇ ਤੈਨੂੰ ਆਉਂਦੇ ਚੱਲ ਸੁਣਾ ਚੱਲ ਦੇਸੀ ਮਹੀਨੇ ਨੌਲੇਜ ਚੈੱਕ ਕਰਾਂ ਨਾ ਪਹਿਲਾਂ ਦੇਸੀ ਮੈਂ ਸੁਣਾ ਦਿੰਦਾ ਨਾਮ ਸੰਤਰਾ ਦੇਸੀ ਮਹੀਨਿਆਂ ਦੇ ਦੇਸੀ ਮਹੀਨਿਆਂ ਆਹ ਤੇ ਸੰਤਰਾ ਪਹਿਲੇ ਮਹੀਨੇ ਸੰਤਰਾ ਹੀ ਹੁੰਦੀ ਮੇਰੇ ਦੂਜੇ 'ਚ ਭੰਗੜਾ ਤੀਜੇ ਟੀਚਰਸ ਟੀਚਰ ਨੂੰ ਦੇਸੀ 'ਚ ਹੀ ਕਹਿੰਦੇ ਆ ਅਧਿਆਪਕ ਦੇਸੀ 'ਚ ਹੀ ਕਹਿੰਦੇ ਅਗਰ ਤੁਸੀਂ ਦੱਸ ਦਿਓ ਮਹੀਨਿਆਂ ਦੇ ਨਾਂ ਤੁਸੀਂ ਦੱਸ ਦਿਓ ਮੈਨੂੰ ਤਾਂ ਉਹਨਾਂ ਦੇ ਆਉਂਦੇ ਫਿਰ ਰਹਿਣ ਦਿਓ ਨਹੀਂ ਸੁਣਾਓ ਸੁਣਾਓ ਦੇਸੀ ਮਹੀਨਿਆਂ ਦੇ ਨਾਂ ਵੇਖਿਆ ਐਵੇਂ ਗੱਲ ਕਰਦੀ ਆਉਂਦੇ ਹੈ ਨਹੀਂ ਆ ਸਭ ਆਉਂਦਾ ਮੈਨੂੰ ਮੈਂ ਤੇਰੀ ਨੌਲੇਜ ਚੈੱਕ ਕਰਦੀ ਨਾ ਹੁਣ ਮੈਂ ਕਿਹਾ ਕੱਪੜੇ ਤੇ ਬੜੇ ਪਾਏ ਆ ਇਦਾਂ ਦੇ ਤੇ ਮੈਂ ਕਿਹਾ ਨੌਲੇਜ ਨੂੰ ਚੈੱਕ ਕਰ ਲਈਏ ਮੇਰੀ ਕਨੌਲੇਜ ਤੇ ਨਾ ਜਾਓ ਮੈਨੂੰ ਸਮਝ ਨਹੀਂ ਆਉਂਦਾ ਨੌਲੇਜ ਨਹੀਂ ਹੁੰਦਾ ਨੌਲੇਜ ਹੁੰਦਾ ਤੇ ਕੀ ਕਿੱਥੇ ਗਿਆ ਸਾਇਲੈਂਟ ਹੁੰਦਾ ਅੱਛਾ ਅੱਗ ਲਾਉਣੀ ਇਹੋ ਜਿਹੀ ਨੌਲੇਜ ਨੂੰ ਜਿਹਦਾ ਕੇ ਸਾਇਲੈਂਟ ਇਹ ਤਾਂ ਗੋਰਿਆਂ ਨੂੰ ਪੁੱਛੋ ਮੈਨੂੰ ਸਮਝ ਨਹੀਂ ਆਉਂਦੀ ਇਹ ਸਾਇਲੈਂਟ ਵਰਡ ਕਿਉਂ ਹੁੰਦੇ ਆ ਇਹ ਵਿਆਹ ਵਰੇ ਹੁੰਦੇ ਆ ਹਾਂ ਜਿਹੜੇ ਤੇਰੇ ਵਰਗੇ ਸਤਾਏ ਹੁੰਦੇ ਵਿਚਾਰੇ ਘਰ ਵਾਲੀਆਂ ਤੋਂ ਸਾਇਲੈਂਟ ਵਰਡ ਹੁੰਦੇ ਫਿਰ ਮੇਰੀਆਂ ਤਾਂ ਦੋ ਹੈਗੀਆਂ ਪਰ ਵਿਆਹ ਨਹੀਂ ਆਉਣਾ ਜੇ ਹੋਣਾ ਵੀ ਨਹੀਂ ਜਿਹੋ ਜਿਹੇ ਹਾਲਾਤ ਆ ਤੇਰੇ ਮੈਂ ਕਰਨਾ ਵੀ ਨਹੀਂ ਚਾਹੁੰਦਾ ਵਿਆਹ ਤੋਂ ਬਾਅਦ ਮੈਂ ਲਾਇਆ ਸਾਹ ਪਵਾੜੇ ਹੀ ਆ ਤੁਸੀਂ ਆਪਣੀ ਗੱਲ ਤੇ ਹੁਣ ਕਿੰਨੀ ਕੈਸ਼ ਆ ਹੁਣ ਨਹੀਂ ਵੇਖੋ ਮੈਂ ਤੇ ਜਿੰਨਾ ਚਿਰ ਹੁਣ ਇਹਨਾਂ ਦੇ ਪੱਲੇ ਪੈ ਗਿਆ ਵਾਂ ਐਸ਼ ਤੇ ਕਰਾਉਂਦੇ ਆ ਚਾਹੇ ਚਲੋ ਆਹ ਤੈਨੂੰ ਪੁੱਛਦੇ ਨਹੀਂ ਆ ਐਸ਼ ਕਰਾਉਂਦੇ ਜੂਸ ਪਿਆਉਂਦੇ ਆ ਢੱਕਣ ਪਾ ਕੇ ਨਾ ਜੂਸ ਦਾ ਵਿੱਚ ਪਾਣੀ ਪਾ ਕੇ ਵੱਖਰੀ ਚੀਜ਼ ਬਣਾ ਕੇ ਪਿਆਉਂਦੇ ਮੈਨੂੰ ਇੱਜ਼ਤ ਕਰਦੇ ਮੇਰੀ ਡਿਫਰੈਂਟ ਦਿੰਦੇ ਮੈਨੂੰ ਕੁਛ ਅੱਛਾ ਜੰਨੀ ਜੀ ਇਹ ਦੱਸੋ ਆ ਤੁਸੀਂ ਪਹਿਲਾਂ ਦੇਸੀ ਮਹੀਨਾ ਦੇ ਨਾਂ ਦੱਸੋ ਨਹੀਂ ਨਹੀਂ ਮੈਂ ਤਾਂ ਤੈਨੂੰ ਤੇਰੀ ਨਾਲ ਚੈੱਕ ਕਰਨੀ ਮੈਂ ਆਪਣੀ ਇੱਕ ਚੀਜ਼ ਸੁਣਾਈ ਦੂੰਦੀ ਇੱਕ ਟਾਈਮ ਤੇ ਅੱਛਾ ਚਲੋ ਠੀਕ ਆ ਮੇਰੀ ਗੱਲ ਸੁਣ ਤੁਹਾਡਾ ਇੱਕ ਗਾਣਾ ਆਇਆ ਸੀਗਾ ਬੜਾ ਵਧੀਆ ਗਾਣਾ ਸੀ ਜਿਹਦੇ 'ਚ ਤੁਸੀਂ ਨਾ ਟਿਊਸ਼ਨ ਪੜਾਉਂਦੇ ਸੀ ਬੱਚਿਆਂ ਨੂੰ ਕਿਹੜਾ ਗਾਣਾ ਸੀ ਭਲਾ ਨਰਮਾ ਨਰਮਾ ਉਹ 'ਚ ਤੁਸੀਂ ਟਿਊਸ਼ਨ ਪੜਾਈ ਬੱਚਿਆਂ ਨੂੰ ਕਿੱਦਾਂ ਲੱਗਾ ਟਿਊਸ਼ਨ ਪੜਾ ਕੇ ਬੜਾ ਮਜ਼ਾ ਆਇਆ ਤੁਸੀਂ ਮੈਨੂੰ ਅੱਜ ਟਿਊਸ਼ਨ ਪੜਾਉਣੀ ਹੈ ਤੁਸੀਂ ਨਾ ਭੰਗੜਾ ਬਹੁਤ ਵਧੀਆ ਯਾਰ ਮੈਂ ਇੰਟੈਲੀਜੈਂਟ ਨਿਆਣਿਆਂ ਨੂੰ ਪੜਾਉਣੀ ਆ ਇਦਾਂ ਡੰਬ ਨਿਆਣਿਆਂ ਨੂੰ ਨਹੀਂ ਪੜਾਉਂਦੀ ਡੰਬ ਨੂੰ ਤਾਂ ਟਿਊਸ਼ਨ ਦੀ ਲੋੜ ਹੁੰਦੀ ਇੰਟੈਲੀਜੈਂਟ ਨੂੰ ਕੀ ਲੋੜ ਆ ਅੱਛਾ ਸਵਾਲ ਪੁੱਛਣ ਲੱਗਾ ਇੱਕ ਘਰ ਦੇ ਵਿੱਚ ਦੋ ਜਣੇ ਰਹਿੰਦੇ ਆ ਇੱਕ ਦਾ ਨਾਂ ਹੈ ਆਈ ਮਿਸ ਯੂ ਦੂਜੇ ਦਾ ਨਾਂ ਹੈ ਆਈ ਲਵ ਯੂ ਆਈ ਮਿਸ ਯੂ ਘਰ ਛੱਡ ਕੇ ਚਲਾ ਗਿਆ ਪਿੱਛੇ ਕੌਣ ਰਹਿ ਗਿਆ ਦੱਸੋ ਨਹੀਂ ਮੈਂ ਬਹੁਤ ਨਲਾਇਕ ਹਾਂ ਮੈਨੂੰ ਨੀ ਪਤਾ ਨਹੀਂ ਪਤਾ ਤੇਰੇ ਵਰਗੇ ਨੂੰ ਤਾਂ ਮੈਂ ਕਦੀ ਨਾ ਕਵਾਂ ਮੈਨੂੰ ਥੋੜੀ ਕਹਿਣਾ ਦੱਸਣਾ ਹੈ ਲੋਕਾਂ ਨੂੰ ਆਈ ਹੇਟ ਯੂ ਆਈ ਹੇਟ ਯੂ ਰਹਿ ਗਿਆ ਤੁਹਾਨੂੰ ਸੁਣਿਆ ਨੀ ਸਵਾਲ ਲੱਗਦਾ ਨਹੀਂ ਮੈਂ ਸੁਣ ਗਿਆ ਪਿੱਛੇ ਰਹੇ ਨਾ ਆਈ ਲਵ ਯੂ ਥੈਂਕ ਯੂ ਕੀ ਰਹੇ ਨਾ ਥੈਂਕ ਯੂ ਆਈ ਲਵ ਯੂ ਗੈਂਟੀ ਨਹੀਂ ਆਉਂਦੀ ਅੱਛਾ ਕੁੜੀਆਂ ਦਾ ਮੈਂ ਹਿਸਾਬ ਲਾਇਆ ਕੁੜੀਆਂ ਦੇਖੋ ਨਾ ਸੱਤ ਝੂਠ ਬੋਲਦੀਆਂ ਦੁਨੀਆਂ ਦੇ ਉੱਤੇ ਅੱਛਾ ਉਹ ਸੱਤ ਝੂਠ ਹਰ ਕੁੜੀ ਬੋਲਦੀ ਮੈਂ ਤੁਹਾਨੂੰ ਇੱਕ ਇੱਕ ਕਰਕੇ ਪੁੱਛਣਾ ਤੁਸੀਂ ਦੱਸਣਾ ਤੁਸੀਂ ਬੋਲਿਆ ਕਿ ਨਹੀਂ ਸਭ ਤੋਂ ਪਹਿਲਾਂ ਝੂਠ ਆਈ ਲਵ ਯੂ ਵੈਰੀ ਮੱਚ ਬੋਲਿਆ ਕਿਤੇ ਝੂਠ ਇਹੋ ਜਿਹਾ ਕਿਹਾ ਹਾਂ ਕਿੰਨੇ ਨੂੰ ਬੋਲੀ ਆਪਣੇ ਕੁੱਤੇ ਨੂੰ ਰੋਜ਼ ਕਿੰਨੀ ਮੈਂ ਆਈ ਲਵ ਯੂ ਵੈਰੀ ਮੱਚ ਅੱਛਾ ਤਾਂ ਮੈਨੂੰ ਗੁੱਸਾ ਆਉਣ ਡਿਆ ਹੁੰਦਾ ਕਿ ਕਰਦਾ ਕੀ ਪਿਆ ਕੁੱਤੇ ਨੂੰ ਕਹਿ ਦਿਓ ਕਿ ਗਰੀਬ ਦੇ ਕੰਮ ਨਾ ਆਇਓ ਚਲੋ ਕੋਈ ਗੱਲ ਨਹੀਂ ਅੱਛਾ ਅਗਲਾ ਸਵਾਲ ਹੈਗਾ ਜਿਹੜਾ ਝੂਠ ਅਗਲਾ ਬੋਲਦੀਆਂ ਵਾ ਉਹ ਕੁੜੀ ਨਾਲ ਗੱਲ ਕਹਿੰਦੀ ਮੈਨੂੰ ਸੌਂ ਲੱਗੇ ਅੱਛਾ ਕਿੰਨੀ ਵਾਰੀ ਕਿਹਾ ਤੁਸੀਂ ਝੂਠ ਬੋਲਿਆ ਮੈਨੂੰ ਸੌਂ ਲੱਗੇ ਗਿਣਿਆ ਨਹੀਂ ਕਦੀ ਬੋਲਿਆ ਹੈਲੋ ਮੈਂ ਰਾਜੇ ਹਰੀਸ਼ ਚੰਦਰ ਦੀ ਔਲਾਦ ਨਹੀਂ ਹੈਗੀ ਗੁਰਦਾਸਪੁਰ ਦੀ ਜ਼ਿਆਦਾ ਝੂਠੇ ਹੁੰਦੇ ਆ ਆਪਣੇ ਮੂੰਹ ਮੀਆਂ ਮਿੱਠੂ ਹੈ ਨਾ ਆਪਣੀ ਤਾਰੀਫ ਕਰ ਰਹੇ ਹੋ ਤੁਸੀਂ ਏਦਾਂ ਹੀ ਆ ਗੁਰਦਾਸਪੁਰ ਵਾਲੇ ਬੰਦੇ ਅਗਲਾ ਝੂਠ ਹੈਗਾ ਵਾ ਕਿ ਕੋਈ ਗੱਲ ਹੋਏ ਨਾ ਫੋਨ 'ਚ ਬੈਲੈਂਸ ਹੈ ਨਹੀਂ ਆ ਨਹੀਂ ਮੈਂ ਕਦੀ ਬੋਲਿਆ ਝੂਠ ਸੋਚ ਲਾ ਕਿਉਂਕਿ ਮੇਰਾ ਫੋਨ ਪੋਸਟਪੇਡ ਵਾਲਾ ਹੁੰਦਾ ਸੀ ਪ੍ਰੀਪੇਡ ਵਾਲਾ ਹੁੰਦਾ ਹੀ ਨਹੀਂ ਸੀ ਪੈਸੇ ਹੀ ਖੁੱਲ੍ਹੇ ਆ ਜੀ ਵੱਡੀਆਂ ਗੱਲਾਂ ਅੱਛਾ ਅਗਲਾ ਫੋਨ ਹੈਗਾ ਜਦੋਂ ਕਿਸੇ ਨੇ ਨਾ ਗੱਲ ਨਾ ਕਰਨੀ ਹੋਏ ਇਹ ਗੱਲ ਜਾਣ ਕੇ ਹੈਲੋ ਹੈਲੋ ਹਾਂ ਵਾਜ ਜਾਂਦੀ ਵੀ ਕੀ ਕੀ ਇਹ ਝੂਠ ਕਿੰਨੇ ਨਹੀਂ ਬੋਲਿਆ ਇਹ ਜਦੋਂ ਬਹੁਤਾ ਪਕਾਊ ਬੰਦਾ ਹੋਵੇ ਨਾ ਅੱਗੋਂ ਅਗਲੇ ਪਾਸੇ ਤੇ ਫਿਰ ਇੱਦਾਂ ਕਰਨਾ ਪੈਂਦਾ ਠੀਕ ਕਈ ਵਾਰੀ ਐਵੇਂ ਲੋਕੀ ਫਾਲਤੂ ਖਾਮ ਖਾਣਾ ਰਿਸ਼ਤੇਦਾਰ ਜੇ ਫੋਨ ਕਰੀ ਜਾਣਗੇ ਫਿਰ ਦਿਲ ਨਹੀਂ ਕਰਦਾ ਉਹ ਗੱਲ ਕਰਨ ਦਾ ਫਿਰ ਯਾਰ ਹੈਲੋ ਹੈਲੋ ਕੀ 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 ਆਵਾਜ਼ ਨਹੀਂ ਆਉਂਦੀ ਉੱਥੇ ਬਾਅਦ ਤੁਸੀਂ ਡਾਇਰੈਕਟ ਹੀ ਕਹਿ ਦੇਣਾ ਮੈਨੂੰ ਕਿ ਮੈਨੂੰ ਫੋਨ ਨਾ ਕਰੀ ਨਹੀਂ ਮੇਰੇ ਦਿਲ ਵੀ ਨਹੀਂ ਨਾ ਤੋੜੀਦਾਰ ਚਲੋ ਠੀਕ ਹੈ ਅੱਛਾ ਇਹ ਝੂਠ ਕਿੰਨੀ ਵਾਰੀ ਬੋਲਿਆ ਕਿ ਕੁੜੀਆਂ ਅਕਸਰ ਕਹਿੰਦੀਆਂ ਆਈ ਐਮ ਆਊਟ ਆਫ ਸਿਟੀ ਕਿੰਨੀ ਵਾਰੀ ਕਿਹਾ ਇਹ ਤਾਂ ਨਹੀਂ ਕਿਹਾ ਵੈਸੇ ਮੈਂ ਝੂਠੇ
क्या होना आई एम आउट ऑफ सिटी नहीं कदी नहीं क्या हमेशा सिटी जी मैं फोन ही नहीं करता कोई फोन नहीं करता कोई तो नंबर ही नहीं दें मैं नंबर दो हूं फोन ना करा सारा पंजाब वेखने गल करे चार बंदे लिस्ट च ठीक है घर दे ते दो तीन फ्रेंड्स ते उन फोन मेनू कोई करदा नहीं ज्यादा बस इदां ही आईडिया वाले ने फोन आउंदे मेनू मेरे फोन व्हाट एन आईडिया मैडम जी मान लो ताडी पार्टी आ ते पार्टी तो बहाने बनाउणा सी कहदे नहीं नहीं अज मैं बीमार आ अज मैं ना ठीक नहीं हैगी पार्टी नहीं कर सकदी जो तुहाडी वारी होए मैं बहुत कंजूस हां इन्ना पैसा की करना जी इन्ना पैसा किन्ना पैसा अंबानी दी कुड़ी है अंबानी दी कुड़ी नहीं तुसी अंबानी ना वध कमाउने हो उस बीट दे उत्ते अपना होगा फ्यूजन बिट्टू अनाउंसर दा ते जैनी जोल दा बीट सेम रहनी है तुसी अपने गाने बोलने बस दो दो लेना बोली जानी तुसी एक लाइन बोली उस तो बाद उसे बीट ते मैं बोलूंगा फिर तुसी अपना दूसरे गाने दी बोलनी मैं बोलूंगा अपनी फिर तीसरे गाने दी बोलनी फिर मैं बोलूंगा देख रहे तेरा जितना ठीक है मुंडे होके असी देखो साग खाई दा मुंडे होके असी देखो साग खाई दा जेड़ी गली विच होवे तानू प्यार सज्जनो उत्थे फेरा तोरे रखना जरूर चाहिए दा इन्ना पेड़ा इन्ना बेसुरा बोलो बोलो आओ ए दुनिया दा आखरी बेसुरा इस तो बाद बसुरे बनने बंद हो गए ਜਿਹੜੀ ਗਲੀ ਵਿੱਚ ਕੁੜੀ ਨਾਲ ਪਿਆਰ ਪਾਈਦਾ ਉੱਥੇ ਫੇਰਾ ਤੋਰੇ ਰੱਖਣਾ ਜ਼ਰੂਰ ਚਾਹੀਦਾ ਜੱਟਾ ਚੁਗਦਾ ਰਹੇ ਜੀਨੋ ਖੇਤ ਤੂੰ ਨਰਮਾ ਖੇਤ ਤੂੰ ਨਰਮਾ ਮੈਨੂੰ ਵਿਆਹ ਕੇ ਲੈ ਜੂਗਾ ਕਨੇਡਾ ਕਰਮਾ ਕਨੇਡਾ ਕਰਮਾ ਉਹ ਜਿੱਥੇ ਹਾਈ ਰੇਟ ਹੋਏ ਆਪਾਂ ਨਹੀਂ ਹੋ ਜਾਈਦਾ ਜਿੱਥੇ ਹਾਈ ਰੇਟ ਹੋਵੇ ਆਪਾਂ ਨਹੀਂ ਹੋ ਜਾਈਦਾ ਜਿਹੜੀ ਗਲੀ ਵਿੱਚ ਕੁੜੀ ਨਾਲ ਪਿਆਰ ਪਾਈਦਾ ਉੱਥੇ ਫੇਰਾ ਤੋਰੇ ਰੱਖਣਾ ਜ਼ਰੂਰ ਚਾਹੀਦਾ ਚੀਟਿੰਗ 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 ਇੱਕ ਹੀ ਗਾਣਾ ਘੁਮਾਤਾ ਐਵੇਂ ਪਹਿਲੀ ਲਾਈਨ ਨਹੀਂ ਆ ਬੋਲੋ ਆਓ ਆਓ ਗਾਲੀ ਗਾਲੀ ਉੱਤੇ ਆਓ ਆਓ ਗਾਲੀ ਗਾਲੀ ਉੱਤੇ ਨਾ ਜੀ ਜੀ ਕਰਦੇ ਦੱਸ ਦੇ ਕਿ ਬੁੱਲਾ ਨੂੰ ਸ਼ਿਵਾਈ ਫਿਰ ਡੋਲ ਦਾ ਪਿਆਰ ਮਿੱਠੀ ਮਿੱਠੀ ਆਖ ਕੇ ਲੱਗਦਾ ਏ ਮੱਠਾ ਮੱਠਾ ਲਾਈ ਫਿਰਦਾ ਫਸ ਗਿਆ ਹੋਰ ਮੱਠਾ ਮੱਠਾ ਲਾ ਕੇ ਅਸੀਂ ਗਾ ਪਾਈਦਾ ਮੱਠਾ ਮੱਠਾ ਲਾ ਕੇ ਅਸੀਂ ਗਾ ਪਾਈਦਾ ਜਿਹੜੀ ਕੁੜੀ ਨਾਲ ਜਿਹੜੀ ਗਲੀ ਵਿੱਚ ਕੁੜੀ ਨਾਲ ਪਿਆਰ ਪਾਈਦਾ ਉੱਥੇ ਫੇਰਾ ਤੋਰਾ ਰੱਖਣਾ ਜ਼ਰੂਰ ਚਾਹੀਦਾ ਆਓ 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 ਹੋ ਤੈਨੂੰ ਕਹਿੰਦੇ ਸਿੰਗਲ ਦੇਖਿਆ ਆਓ ਆਓ ਤੈਨੂੰ ਕਹਿੰਦੇ ਬੈਸ ਬੈਸ ਨੇ ਮੈਂ ਹਾਂ ਜੱਟੀ ਜੋਲ ਚੰਨਾ ਵੇ ਮੈਂ ਹਾਂ ਜੱਟੀ ਜੋਲ ਚੰਨਾ ਨਾ ਤਮਲ ਦੇ ਗੋਤ ਨੇ ਸਾਡੇ ਨਾ ਹੀ ਪਿੰਡ ਨੇ ਕੋਲ ਚੰਨਾ ਵੇ ਨਾ ਹੀ ਪਿੰਡ ਨੇ ਕੋਲ ਚੰਨਾ ਫਸ ਗਿਆ ਜੈਨੀ ਜੋਲ ਜੀ
ਮੈਨੂੰ ਪੂਰਾ ਯਕੀਨ ਹੈ ਤੁਸੀਂ ਫੁੱਲ ਮਸਤੀ ਕੀਤੀ ਹੋਊਗੀ, ਫੁੱਲ ਐਂਟਰਟੇਨਮੈਂਟ ਆਈ ਹੋਊਗੀ। ਬਹੁਤ ਗੱਲ ਤੋਹਰ ਲਾਲ ਲਾਲ ਭਾਜੀ ਬਿਹਾਰ ਦੀ ਨੀ ਹੈਗੀ, ਬੰਬੇ ਦੀ ਹੈ। ਇੰਜੋਏ ਮੈਂ ਫੁੱਲ ਕਰਾਂਗਾ, ਇਹ ਗਰੰਟਿਡ ਹੈ। ਮੈਂ ਲਾਇਆ ਹਿਸਾਬ ਆਉਣ ਵਾਲੇ ਟਾਈਮ ਦੇ ਵਿੱਚ ਆਸ਼ਕਾਂ ਦਾ ਸਤਸੰਗ ਹੋਇਆ ਕਰਨਾ ਇਸ ਗਾਣੇ ਦੇ ਉੱਤੇ। ਉਹ ਭਾਬੀ ਤੁਹਾਡੀ, ਉਹ ਭਾਬੀ ਤੁਹਾਡੀ, ਮਾਮਾ ਉਹਨਾਂ ਨੇ ਤੁਹਾਨੂੰ ਪੈਸੇ ਦਿੱਤੇ? ਉਹ ਧੁੱਖ ਨਾਲ ਡੱਬੀ ਹਲੇ ਭਰੀ ਪਈ ਹੈ, ਅੱਖ ਝੜੀ ਪਈ ਹੈ, ਗਰਾਰੀ ਅੜੀ ਪਈ ਹੈ। ਧੁੱਖ ਨਾਲ ਡੱਬੀ ਹਲੇ ਭਰੀ ਪਈ ਹੈ, ਅੱਖ ਝੜੀ ਪਈ ਹੈ, ਗਰਾਰੀ ਅੜੀ ਪਈ ਹੈ।